ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਇਹ ਮੋਸਟ ਇੰਪੋਰਟੈਂਟ ਹੈ ਜੀ ਤੁਹਾਡੇ ਸਾਰਿਆਂ ਲਈ ਜਿਹੜੇ ਬੱਚੇ ਸਟਾਫ ਨਰਸ ਦਾ ਐਗਜ਼ਾਮ ਦੇ ਕੇ ਆਏ ਨੇ 5 11 2023 ਨੂੰ ਸੋ ਕੱਲ ਇਹ ਕਿਨਾਂ ਨੇ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਰਿਗਾਰਡਿੰਗ ਸੋ ਡਿਟੇਲ ਦੇ ਵਿੱਚ ਉਹਦੇ ਤੇ ਆਪਾਂ ਸਵੇਰੇ ਵੀ ਵੀਡੀਓ ਕਰੀ ਸੀ ਤੇ ਹੁਣ ਵੀ ਡਿਟੇਲ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਇਹ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਤੇ ਆਏ ਆ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਅਤੇ ਤੁਸੀਂ ਕੋਈ ਵੀ ਜਿਹੜੀ ਇੰਪੋਰਟੈਂਟ ਜਾਣਕਾਰੀ ਹੁੰਦੀ ਆ ਸਟਾਫ ਨਰਸ ਭਰਤੀ ਨਾਲ ਰਿਗਾਰਡਿੰਗ ਜਾਂ ਪੰਜਾਬ ਦੀਆਂ ਸਾਰੀਆਂ ਹੀ ਸਰਕਾਰੀ ਭਰਤੀਆਂ ਨਾਲ ਰਿਗਾਰਡਿੰਗ ਜਾਂ ਐਗਜ਼ਾਮ ਪ੍ਰੈਪਰੇਸ਼ਨ ਨਾਲ ਸੰਬੰਧਿਤ ਉਹ ਤੁਸੀਂ ਮਿਸ ਨਾ ਕਰੋ ਸੋ ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਤੇ ਜ਼ਿਆਦਾ ਆਪਾਂ ਟਾਈਮ ਨਹੀਂ ਵੇਸਟ ਕਰਨਾ ਇਹ ਵੀਡੀਓ ਮੈਂ ਇਸ ਕਰਕੇ ਬਣਾਈ ਹੈ ਕਿਉਂਕਿ ਕੱਲ ਜਿਹੜਾ ਇਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਇੱਕ ਨੋਟੀਫਿਕੇਸ਼ਨ ਦਿੱਤਾ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਕਿ 6 ਤਰੀਕ ਅਤੇ 7 ਤਰੀਕ ਨੂੰ ਜਿਹੜੀ ਆ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਆ ਜੀ ਸਵੇਰੇ 10 ਤੇ 12 ਵਜੇ ਤੇ 7 ਤਰੀਕ ਨੂੰ ਜਿਹੜੀ ਹੋਣੀ ਆ 12 ਵਜੇ ਤੱਕ ਹੋਣੀ ਆ ਤੇ ਇਹ ਜਿਹੜੀ ਵੈਰੀਫਿਕੇਸ਼ਨ ਆ ਕਿੰਨਾ ਕਿੰਨਾ ਕੈਂਡੀਡੇਟਸ ਦੀ ਹੋਣੀ ਆ ਇਹ ਸੀਗੀ ਜੀ ਆ ਤੁਸੀਂ ਦੇਖ ਸਕਦੇ ਹੋ ESM ਜਨਰਲ ESM SC ਤੇ ESM BC ਠੀਕ ਹੈ ਜੀ ਤੇ ਨਾਲ ਫਿਜ਼ੀਕਲ ਹੈਂਡੀਕੈਪਟ ਫਰੀडम फाइਟਰ სპੋਰਟਸਮੈਨ ਜਨਰਲ ਤੇ სპੋਰਟਸਮੈਨ SC ਸੋ ਇਹਨਾਂ ਕੈਟਾਗਰੀਆਂ ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਸੀ ਇਹ ਅੱਜ ਹੋ ਗਈ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਆ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਇਹ ਕੱਲ 5 ਵਜੇ ਸ਼ਾਮ ਨੂੰ ਅਪਲੋਡ ਹੋਇਆ ਸੀਗਾ ਸੋ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਲੱਗਿਆ ਹੁਣ ਇਸ ਨੋਟੀਫਿਕੇਸ਼ਨ ਦਾ ਇਹਨਾਂ ਲਿਸਟਾਂ ਦਾ ਕਿਹੜੇ-ਕਿਹੜੇ ਬੱਚਿਆਂ ਦਾ ਨਾਮ ਆਇਆ ਵਾ ਸੋ ਇਸ ਕਰਕੇ ਮੈਂ ਇਹ ਵੀਡੀਓ ਹੁਣ ਦੁਬਾਰਾ ਬਣਾ ਰਿਹਾ ਮਾਂ ਕਿਉਂਕਿ ਕੱਲ ਦਾ ਟਾਈਮ ਹਾਲੇ ਬਾਕੀ ਆ ਜੀ 7 12 2023 ਠੀਕ ਹੈ ਜੀ 7 12 2023 ਨੂੰ ਜਿਹੜੇ ਕੈਂਡੀਡੇਟ ਕਿਸੇ ਕਾਰਨ ਵਸ਼ ਜਿਨ੍ਹਾਂ ਨੂੰ ਜਾਂ ਤਾਂ ਪਤਾ ਨਹੀਂ ਲੱਗਿਆ ਹੈਗਾ ਜਾਂ ਜਿਨ੍ਹਾਂ ਤੋਂ ਅੱਜ ਜਾ ਨਹੀਂ ਹੋਇਆ ਉਹ ਕੱਲ ਨੂੰ ਜਾ ਕੇ ਜਿਹੜੀ ਕਾਉਂਸਲਿੰਗ ਆ ਉਹਨੂੰ ਅਟੈਂਡ ਕਰ ਸਕਦੇ ਆ ਤੇ ਆਪਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਕਰਵਾ ਸਕਦੇ ਨੇ ਠੀਕ ਹੈ ਜੀ ਸੋ ਜਿਹੜੇ ਬੱਚਿਆਂ ਨੂੰ ਅੱਜ ਨਹੀਂ ਪਤਾ ਲੱਗਿਆ ਜਾਂ ਕਿਸੇ ਕਾਰਨ ਉਹ ਨਹੀਂ ਅਟੈਂਡ ਕਰ ਸਕੇ ਉਹ ਕੱਲ ਜ਼ਰੂਰ ਜਾਇਓਣ ਜੀ ਇਹਨਾਂ ਕੈਟੇਗਰੀਆਂ ਵਾਲੇ ਜਿਹੜੀਆਂ ਕੈਟੇਗਰੀਆਂ ਆ ਉੱਪਰ ਲਿਖੀਆਂ ਹੋਈਆਂ ਨੇ ਠੀਕ ਹੈ ਬਾਕੀ ਜਿਹੜੀਆਂ ਇਹਨਾਂ ਦੀ ਲਿਸਟ ਆ ਉਹ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਉਹਦੇ ਉੱਪਰ ਪਈ ਆ ਜਾਂ ਜੇ ਤੁਹਾਨੂੰ ਉੱਥੋਂ ਨਹੀਂ ਮਿਲਦੀ ਹੈਗੀ ਮੇਰੇ ਟੈਲੀਗ੍ਰam ਚੈਨਲ ਤੇ ਪਈ ਆ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੋਰ ਵੀ ਮੈਂ ਸੌਖਾ ਕਰ ਦਿੰਨਾ ਵਾਂ ਮੈਂ ਜਿਹੜਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਜਿੱਥੇ ਡਾਕ ਇਹ ਲਿਸਟ ਪਈ ਆ ਸਾਰੇ ਨੋਟੀਫਿਕੇਸ਼ਨ ਪਏ ਨੇ ਮੈਂ ਉਸ ਪੇਜ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਵਾ ਤੁਸੀਂ ਉਸ ਲਿੰਕ ਤੇ ਡਾਇਰੈਕਟ ਕਲਿੱਕ ਕਰਕੇ ਜਿਹੜੀਆਂ ਲਿਸਟਾਂ ਨੇ ਆਪਦੇ-ਆਪ ਦੇ ਫੋਨ 'ਚ ਡਾਊਨਲੋਡ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਦਾ-ਆਪਦਾ ਨਾਮ ਤਾਂ ਕਿ ਕੋਈ ਵੀ ਬੱਚਾ ਜਿਹਦਾ ਨਾਮ ਆਇਆ ਹੋਇਆ ਤੇ ਉਹ ਰਹਿਣਾ ਨਹੀਂ ਚਾਹੀਦਾ ਇਸੇ ਕਰਕੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਵਾਂ ਮੈਂ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੰਨਾ ਵਾ ਉਹ ਲਿੰਕ ਤੇ ਵਿਜ਼ਿਟ ਕਰਕੇ ਤੁਸੀਂ ਉੱਥੋਂ ਜਾ ਕੇ ਜਿਹੜੇ 5 11 ਸੌਰੀ 5 12 2023 ਨੂੰ ਜਿਹੜੇ ਨੋਟੀਫਿਕੇਸ਼ਨ ਆਏ ਹੋਣਗੇ ਉਹਨਾਂ ਤੇ ਕਲਿੱਕ ਕਰਕੇ ਉਹਨਾਂ ਨੂੰ ਡਾਊਨਲੋਡ ਕਰ ਲਿਓ ਵਿੱਚੇ ਤੁਹਾਡੇ ਸਾਰੇ ਨੋਟੀਫਿਕੇਸ਼ਨ ਤੇ ਵਿੱਚੇ ਨਾਲ ਹੀ ਤੁਸੀਂ ਜਿਹੜੀਆਂ ਆਪਣੇ ਲਿਸਟਾਂ ਨੇਗੀਆਂ ਅਲੱਗ-ਅਲੱਗ ਕੈਟਾਗਰੀਆਂ ਦੀਆਂ ਉਹ ਡਾਊਨਲੋਡ ਕਰ ਸਕਦੇ ਹੋ ਸੋ ਇਹ ਸੀਗੀ ਅੱਜ ਦੀ ਇਨਫੋਰਮੇਸ਼ਨ ਉਮੀਦ ਕਰਦਾ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦਿਨਾ ਮਾ ਫਰਸਟ ਤੇ ਹੋਊਗਾ ਉੱਥੋਂ ਤੁਸੀਂ ਡਾਇਰੈਕਟ ਵੈਬਸਾਈਟ ਤੇ ਪਹੁੰਚ ਜਾਓਗੇ ਠੀਕ ਹੈ ਜੀ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਵੀਂ ਤੇ ਲੇਟੈਸਟ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ